ਇਹ ਕੋਈ ਤਕਰੀਬਨ ਰਾਤ 1 ਵਜੇ ਸ਼ਟਰ ਤੋੜਿਆ ਗਿਆ। ਸਾਡੀ ਦੁਕਾਨ ਹੈ ਮੋਬਾਈਲਾਂ ਦੀ, ਸੇਠੀ ਬ੍ਰਦਰ ਦੇ ਨਾਂ 'ਤੇ। ਸਵੇਰੇ ਇੱਕ ਜਾਣਕਾਰ ਨੇ ਫੋਨ ਕੀਤਾ ਸੀ ਵੀ ਤੁਹਾਡੀ ਸ਼ਟਰ ਦਾ ਸ਼ਟਰ ਤੋੜਿਆ ਗਿਆ ਆ। बीती रात डैम रोड तलवाड़ा विखे शेठी ब्रदर्स टेलीकॉम नाम के एक शोरूम का शटर तोड़ के चोरों ने चोरी की घटना को अंजाम दिता। दुकान के मालिक दविंदरपाल शेठी ने जानकारी दिंदिया होया दस्या कि बीती रात चोरों ने दुकान का शटर तोड़ के उन्हां दा समान चोरी कर लिया। पब्लिक स्पॉट न्यूज़ फोकस के नाल तलवाड़ा तो मुकेश शर्मा की रिपोर्ट। ਇਹ ਕੋਈ ਤਕਰੀਬਨ ਰਾਤ 1 ਵਜੇ ਸ਼ਟਰ ਤੋੜਿਆ ਗਿਆ। ਸਾਡੀ ਦੁਕਾਨ ਹੈ ਮੋਬਾਈਲਾਂ ਦੀ, ਸੇਠੀ ਬ੍ਰਦਰ ਦੇ ਨਾਂ 'ਤੇ। ਸਵੇਰੇ ਇੱਕ ਜਾਣਕਾਰ ਨੇ ਫੋਨ ਕੀਤਾ ਸੀ ਵੀ ਤੁਹਾਡੀ ਸ਼ਟਰ ਦਾ ਸ਼ਟਰ ਤੋੜਿਆ ਗਿਆ ਆ, ਅਤੇ ਅਸੀਂ ਸਵੇਰੇ ਪਹੁੰਚਿਆ ਜਦੋਂ ਤਾਂ ਹਾਲਾਤ ਤੁਹਾਡੇ ਸਾਹਮਣੇ ਹੀ ਆ ਜੋ ਬਣਿਆ ਹੋਇਆ ਆ। ਏਅਰਪੋਰਟ ਸਮਾਰਟ ਵਾਚ ਕਾਫੀ ਕੁਛ ਲੈ ਗਏ ਨੇ ਚੁੱਕ ਕੇ। ਅਸੀਂ ਪੁਲਿਸ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਵੀ ਇੱਥੇ ਪੈਟਰੋਲਿੰਗ ਵਧਾਈ ਜਾਵੇ, ਇਹਨਾਂ ਨੂੰ ਚੋਰਾਂ ਨੂੰ ਨੱਥ ਪਾਈ ਜਾਵੇ, ਜਲਦ ਤੋਂ ਜਲਦ ਫੜ ਕੇ ਜੋ ਕਾਨੂੰਨੀ ਕਾਰਵਾਈ ਬਣਦੀ ਇਹਨਾਂ 'ਤੇ ਕੀਤੀ ਜਾਏ, ਇਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਤਾਂ ਕਿ ਸ਼ਹਿਰ ਵਾਸੀ ਸਕੂਨ ਨਾਲ ਸੋਚ ਸਕਣ। ਸਰ ਕਿੰਨਾ ਕੁ ਨੁਕਸਾਨ ਹੋਇਆ ਤੁਹਾਨੂੰ? ਨੁਕਸਾਨ ਤਾਂ ਹਾਲੇ ਦੇਖਦੇ ਪਏ ਹਾਂ ਕਿੰਨਾ ਕੁ ਟਾਈਮ ਲੱਗਦਾ, ਦੇਖਦੇ ਕੀ ਕੀ ਲੈ ਕੇ ਗਏ ਨੇ, ਹਾਲੇ ਪਤਾ ਨਹੀਂ ਲੱਗ ਰਿਹਾ। ਸ਼ਟਰ ਚੱਕਦੇ ਹਾਂ, ਮਿਸਤਰੀ ਨੂੰ ਬੁਲਾ ਕੇ ਉਸ ਤੋਂ ਬਾਅਦ ਦੇਖਦੇ।